ਸੜਕ ਵਿਚਾਲੇ ਕਾਰ ਤੇ ਟਰੱਕ ਦੀ ਹੋਈ ਟੱਕਰ, ਕਰਤਾ ਵੱਡਾ ਨੁਕਸਾਨ। ਟਰੱਕ ਚਾਲਕ ਤੇ ਟੱਕਰ ਮਾਰਨ ਦੇ ਲੱਗੇ ਇਲਜ਼ਾਮ। ਤਾਂ ਦੱਸ ਦਈਏ ਕਿ ਸੜਕ ਵਿਚਾਲੇ ਉਸ ਸਮੇਂ ਹੰਗਾਮਾ ਹੋ ਜਾਂਦਾ ਹੈ ਜਦ ਕਾਰ ਅਤੇ ਟਰੱਕ ਦੀ ਟੱਕਰ ਹੋ ਜਾਂਦੀ ਹੈ, ਜਿਸ ਤੋਂ ਬਾਅਦ ਕਾਰ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ ਅਤੇ ਕਾਰ ਚਾਲਕ ਦੇ ਵੱਲੋਂ ਟਰੱਕ ਚਾਲਕ 'ਤੇ ਇਲਜ਼ਾਮ ਲਗਾਏ ਗਏ ਕਿ ਉਸਨੇ ਪਿੱਛੋਂ ਲਿਆ ਕੇ ਟਰੱਕ ਮਾਰਿਆ, ਜਿਸ ਕਾਰਨ ਉਸਦਾ ਵੱਡਾ ਨੁਕਸਾਨ ਹੋ ਗਿਆ। ਤਾਂ ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਕਾਰ ਚਾਲਕ ਨੇ ਦੱਸਿਆ ਕਿ ਉਹ ਗੁਰੂ ਘਰ ਮੱਥਾ ਟੇਕਣ ਜਾ ਰਿਹਾ ਸੀ ਅਤੇ ਉਸਦੇ ਨਾਲ ਇੱਕ ਛੋਟਾ ਬੱਚਾ ਵੀ ਸੀ। ਤਾਂ ਉਸਦੇ ਪਿੱਛੋਂ ਦੀ ਟਰੱਕ ਨੇ ਉਸਦੀ ਕਾਰ ਨੂੰ ਟੱਕਰ ਮਾਰੀ, ਜਿਸ ਕਾਰਨ ਉਹਨਾਂ ਦੀ ਜਾਨ ਵਾਲ ਵਾਲ ਬਚਦੀ ਹੈ ਪਰ ਕਾਰ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ। ਜਦਕਿ ਟਰੱਕ ਚਾਲਕ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਾਰ ਚਾਲਕ ਦੀ ਇਸ ਮਾਮਲੇ ਦੇ ਵਿੱਚ ਗਲਤੀ ਦੱਸੀ। ਤਾਂ ਮੌਕੇ 'ਤੇ ਪੁਲਿਸ ਅਧਿਕਾਰੀ ਵੀ ਪਹੁੰਚੇ। ਉਹਨਾਂ ਕਿਹਾ ਕਿ ਦੋਨਾਂ ਧਿਰਾਂ ਦੇ ਵਿੱਚ ਰਾਜ਼ੀਨਾਮਾ ਕਰਵਾ ਦਿੱਤਾ ਜਾਵੇਗਾ ਅਤੇ ਕਾਰ ਦੇ ਹੋਏ ਨੁਕਸਾਨ ਦੀ ਭਰਪਾਈ ਟਰੱਕ ਚਾਲਕ ਤੋਂ ਕਰਵਾਈ ਜਾਵੇਗੀ ਅਤੇ ਨਹੀਂ ਤਾਂ ਮਾਮਲਾ ਦਰਜ ਕੀਤਾ ਜਾਵੇਗਾ। ਤਾਂ ਸੜਕ ਵਿਚਾਲੇ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਇਹਨਾਂ ਦੀ ਵਾਲ ਵਾਲ ਜਾਨ ਬਚਦੀ ਹੈ, ਜਦਕਿ ਕਾਰ ਦਾ ਭਾਰੀ ਨੁਕਸਾਨ ਹੋ ਜਾਂਦਾ, ਜਿਸ ਤੋਂ ਬਾਅਦ ਮੌਕੇ 'ਤੇ ਕਾਫੀ ਲੰਬਾ ਜਾਮ ਵੀ ਲੱਗ ਜਾਂਦਾ ਹੈ। ਤਾਂ ਮੌਕੇ 'ਤੇ ਪਹੁੰਚ ਕੇ ਪੁਲਿਸ ਅਧਿਕਾਰੀ ਦੇ ਵੱਲੋਂ ਪਹਿਲਾਂ ਤਾਂ ਜਾਮ ਖੁਲਵਾਇਆ ਗਿਆ ਅਤੇ ਫਿਰ ਇਹਨਾਂ ਦੋਨਾਂ ਨੂੰ ਥਾਣੇ ਲੈ ਜਾਂਦੀ ਹੈ ਜਿੱਥੇ ਕਿ ਇਹਨਾਂ ਦਾ ਰਾਜ਼ੀਨਾਮਾ ਕਰਵਾਇਆ ਜਾ ਰਿਹਾ। ਮੇਰਾ ਨਾਮ ਸੰਜੇ ਛੋੜੀ। ਅਸੀਂ ਆਪਣਾ ਪਰਿਵਾਰ ਨਾਲ ਗੁਰੂ ਘਰ ਜਾਂਦੇ ਹੋਏ ਹਾਂ। ਇੱਥੇ ਪ੍ਰੋਪਰ ਜਾਮ, ਚੱਕੇ ਜਾਮ, ਜਾਮ ਲੱਗਾ। ਸਰਦਾਰ ਜੀ ਨੇ ਉੱਪਰੋਂ ਮਗਰੋਂ ਗੱਡੀ ਲਿਆ ਕੇ ਢਿੱਗਦੇ ਲਿਆਏ ਗੱਡੀ। ਸਾਡਾ ਬੱਚਾ ਬਹੁਤ ਮਤਲਬ ਜੋ ਜਾਨੀ ਨੁਕਸਾਨ ਜਾਂ ਹੋਣ ਤੁਰਿਆ। ਬਾਕੀ ਨੁਕਸਾਨ ਤਾਂ ਪ੍ਰੋਪਰ ਤੁਹਾਡੀ ਗੱਡੀ ਦੀ ਦੇਖ ਲਿੱਤੀ ਹੈ, ਪੂਰੀ ਡੈਮੇਜ ਕਰਤੀ ਇਹਨਾਂ ਗੱਡੀ, ਨਵੀਂ ਗੱਡੀ ਹੈ। ਨਿਊ ਅੰਮ੍ਰਿਤਸਰ ਪੁਲਿਸ ਨਾਲ ਫੋਨ ਕੀਤਾ, ਕਹਿੰਦੇ ਆ ਰਹੇ ਆ, 5-10 ਮਿੰਟ 'ਚ ਆ ਰਹੇ ਆ। ਮੰਗ ਜੋ ਸਾਡਾ ਹੈਗਾ ਵਾ ਉਹ ਦੇ ਦਿਓ, ਅਸੀਂ ਨਵੀਂ ਗੱਡੀ ਦਿੱਤੀ ਹੈ। ਹੱਥ ਜੋੜਿਆ ਬਾਬਾ ਜੀ ਨੇ, ਦਾੜੀ ਵੇਖ, ਹੱਥ ਜੋੜਿਆ, ਦੇਖੋ ਕੀ ਕੀਤਾ ਸਾਡੇ ਬੱਚਿਆਂ ਦਾ, ਜੋ ਵੀ ਆ ਬੜਾ ਬਹੁਤ ਬਚਾਅ ਹੋਇਆ। ਉਹ ਕਹਿੰਦੇ ਅਸੀਂ ਨੀ ਜਾਣਦੇ, ਅਸੀਂ ਨੀ ਆਉਣਾ ਜੀ, ਅਸੀਂ ਕੋਈ ਲਿਆਣਾ ਦੇਣਾ ਸਾਨੂੰ ਕੋਈ ਨੀ ਪਰਵਾਹ। ਤੁਸੀਂ ਦੇਖੋ ਡਰਾਈਵਰ ਦੇਖੋ, ਅੰਗਰੇਜ਼ ਗੁਰਦਾਸਪੁਰ, ਕੀ ਗੱਲਬਾਤ ਆਖਵੇਂ ਬੱਤੀ ਹੋਈ, ਬਸ ਗੱਲਬਾਤ ਕਾਹਦੀ ਹੋਣੀ, ਉਹਨਾਂ ਗੱਲੋਂ ਕੱਢੀ ਕਾਰ ਗਾੜੀ ਕਰਤੀ ਆ। ਉਹਨਾਂ ਦਾ ਕਹਿਣਾ ਵੀ ਟਰੱਕ ਲਿਆ ਕੇ ਤੁਸੀਂ ਮਾਰਿਆ ਨਾ, ਪਾਣੀ ਟਰੱਕ ਮਾਰਿਆ, ਟਰੱਕ ਏਡਾ ਵੱਡਾ ਵੱਜਦਾ ਤਾਂ ਇੰਨੀ ਕੁ ਪਾਰੀ ਪੱਟਣੀ ਉਹਨਾਂ ਨੇ। ਗਲਤੀ ਉਹਨਾਂ ਦੀ ਹੈ ਵੀ ਤੇ ਮੇਰੀ, ਦੱਸੋ ਨਾ ਕੀ ਗਲਤੀ, ਕਿੱਦਾਂ ਗਲਤੀ। ਉਹਨਾਂ ਇੱਥੇ ਕਾਰ ਲਾਈ ਸੀ, ਆਪਾਂ ਵੀ ਖਲੋਤੇ ਹਾਂ ਤੇ ਉਹਨਾਂ ਗਾਂਹ ਖਿੱਚਦਾ ਆਪਾਂ ਨੂੰ। ਐਕਸੀਡੈਂਟ ਟਰੱਕ ਔਰ ਗੱਡੀ ਦਾ ਕਾਰ ਦਾ ਆਇਆ ਵਾ, ਇਹਨਾਂ ਨੂੰ ਸੋਲਵ ਕਰਨ ਵਾਸਤੇ ਅਸੀਂ ਪੁਲਿਸ ਸਟੇਸ਼ਨ ਲਈ ਜਾ ਰਹੇ ਹਾਂ, ਉੱਥੇ ਜਾ ਕੇ ਇਹਦਾ ਰਾਜ਼ੀਨਾਮਾ ਕਰਾ ਦਾਂਗੇ, ਦੋਵਾਂ ਕਰਾ ਦਾਂਗੇ, ਜੋ ਵੀ ਬਣਦੀ ਕਾਰਵਾਈ ਕਰਾ ਦਾਂਗੇ। ਠੀਕ ਹੈ ਜੀ, ਕਾਰਵਾਈ ਇਹੋ ਹੀ ਆ ਵੀ ਇਹਨਾਂ ਦਾ ਫੈਸਲਾ ਹੀ ਹੋਣਾ ਵਾ, ਜਿਹੜਾ ਨੁਕਸਾਨ ਹੋਇਆ ਗੱਡੀ ਦਾ ਉਹ ਗੱਡੀ ਦਾ ਨੁਕਸਾਨ ਭਰਾਇਆ ਜਾਏਗਾ ਟਰੱਕ ਵਾਲੇ ਨੂੰ ਕਹਿ ਕੇ, ਇਹਨਾਂ ਦੇ ਮਾਲਕਾਂ ਨੂੰ ਸੱਦ ਦੇਣੀ ਆ, ਤੇ ਜੇ ਅਗਰ ਨਹੀਂ ਫੈਸਲਾ ਹੋਏਗਾ ਤੇ ਇਹਨਾਂ ਦੇ ਖਿਲਾਫ਼ FIR ਲਾਉ ਜੂ।